ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਭਰਾਤਿਆਨੇ ਭਰੀ ਬਾਸ ਹੋਈ ਹਾਸ ਦਾ ਸ਼ਿਕਾਰ 25 ਲੋਕਾਂ ਦੀ ਹੋਈ ਮੌਤ ਤਾਜ਼ਾ ਵਰਡੀ ਖਬਰ ਆ ਚੁੱਕੀ ਆ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਆਤ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਹਾਂਜੀ ਭਰਾਤਿਆਨੇ ਭਰੀ ਬਾਸ ਪੈਰਨਗ ਸੜਕ ਹਾਸ ਦਾ ਸ਼ਿਕਾਰ ਹੋ ਗਏ ਹਨ ਜਿਸ ਦੇ ਚੱਲਦੇ ਹੋਏ 25 ਲੋਕਾਂ ਦੀ ਮੌਤ ਹੋ ਗਈ ਹੈ ਉੱਤਰਾਖੰਡ ਦੇ ਬੋੜੀ ਗੜਵਾਲ ਜ਼ਿਲ੍ਹੇ ਚ ਮੰਗਲਵਾਰ ਦੇਸ਼ ਰਾਮ ਬਾਤਿਆਂ ਦੇ ਨਾਲ ਪਈ ਹੋਈ ਇੱਕ ਡੁੰਗੀ ਬੱਸ ਖਾੜ ਦੇ ਵਿੱਚ ਡਿੱਗ ਪਈ ਤੇ ਡਿੱਗਣ ਕਾਰਨ 25 ਲੋਕਾਂ ਦੀ ਮੌਤ ਹੋ ਗਈ। ਜਾਦੀ ਕਈ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ। ਉੱਥੇ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਓਂਡਾਵਲੋਂ ਰਾਤ ਪਰ ਮਹੀਮ ਚਲਾਈ ਗਈ ਸੀ ਜਿਸ ਵਿੱਚ ਇੱਕ ਬਰਾਤੀ ਨੂੰ ਜ਼ਖਮੀ ਹਾਲਤ ਚ ਨੇੜੇ ਹਸਪਤਾਲ ਦਾ ਦਾਖਲ ਕਰਾਇਆ ਗਿਆ। ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਉੱਥੇ ਘਟਨਾ ਸੰਬੰਧੀ ਰਾਜ ਦੇ ਪੁਲਿਸ ਡਾਇਰੈਕਟਰ ਜਨਰਲ ਅਸ਼ੋਕ ਮਾਨਤ ਸੈਕ ਹੈ ਸੱਚੇ 25 ਲੋਕਾਂ ਨੇ ਮੌਤ ਹੋ ਗਈ ਅਤੇ ਬਾਅਦ ਸਗਬ 40 ਤੋਂ 50 ਲੋਕ ਸਵਾਰ ਸਨ ਜਿਸ ਵਿੱਚ ਜਿਹੜੇ ਲੋਕ ਜ਼ਖਮੀ ਨੇ ਉਹਨਾਂ ਨੂੰ ਹਸਪਤਾਲ ਚ ਪਹੁੰਚ ਕਰਾਇਆ ਗਿਆ ਹੈ ਦੱਸਣਯੋਗ ਹੈ ਕਿ ਹਰੀਦੁਆਰ ਦੇ ਸ਼ਿਆਮਪੁਰ ਖੇਤਰ ਦੇ ਪਿੰਡ ਲਾਲਡਾਂਗ ਦੇ ਸਥਿਤ ਸ਼ਿਵ ਮੰਦਿਰ ਦੇ ਕੋਲ ਜ਼ਹਿਰ ਬਾਰੇ ਸੰਦੀਪ ਦੀ ਬਰਾਤ ਮੰਗਲਵਾਰ ਦੁਪਹਿਰ 1 ਵਜੇ ਕੋੜੀਪੋੜੀ ਜੇ ਪਿੰਡ ਕਾਂਡਾ ਵਿੱਚ ਰਵਾਨਾ ਹੋਈ ਸੀ ਬ੍ਰਾਤਿਕ ਬਾਸ ਤੇ ਸਵਾਰ ਸੰਜੋਗੀ ਲਾੜਾ ਸੰਦੀਪ ਕੋਰ ਬਕਾਰ ਚਲਾ ਰਿਹਾ ਸੀ ਬਾਕੀ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ